ਸੱਚ মিডিਆ ਚੈਨਲ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਅਸੀਂ ਸਵਾਗਤ ਕਰਦੇ ਹਾਂ ਜੇਕਰ ਤੁਹਾਨੂੰ ਸਾਡੀਆਂ ਖਬਰਾਂ ਪਸੰਦ ਆਉਂਦੀਆਂ ਨੇ ਤਾਂ ਕਿਰਪਾ ਕਰਕੇ ਚੈਨਲ ਨੂੰ ਹੁਣੇ ਸਬਸਕ੍ਰਾਈਬ ਕਰੋ ਤੇ ਨਾਲ ਹੀ ਬੈਲ ਆਈਕਨ ਉੱਤੇ ਜ਼ਰੂਰ ਕਲਿੱਕ ਕਰੋ ਤਾਂ ਜੋ ਸਾਡੇ ਦੁਆਰਾ ਦਿੱਤੀ ਗਈ ਹਰ ਤਾਜ਼ੀ ਤੇ ਸੱਚੀ ਖਬਰ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਤੋਂ ਬਾਅਦ ਅੱਜ ਦੀਆਂ ਤਾਜ਼ਾ ਖਬਰਾਂ ਵੱਲ ਤਜਦੀ ਪਹਿਲੀ ਤਾਜ਼ਾ ਖਬਰ ਅਮਰੀਕਾ ਤੋਂ ਆ ਰਹੀ ਹੈ ਵਿੱਤੀ ਸਾਲ 2023 ਦੀ ਸਭ ਤੋਂ ਵੱਧ ਮੰਗ ਵਾਲੇ ਐਚ H1B ਵੀਜ਼ਾ ਲਈ ਰਜਿਸਟ੍ਰੇਸ਼ਨ ਇਸ ਸਾਲ 1 ਮਾਰਚ ਤੋਂ ਸ਼ੁਰੂ ਹੋ ਜਾਵੇਗੀ ਅਮਰੀਕੀ ਸੰਘੀ ਇਮੀਗ੍ਰੇਸ਼ਨ ਏਜੰਸੀ ਮੁਤਾਬਕ ਸਫਲ ਬੇਨਕਾਰਾਂ ਦੀ ਬਿਨਾਂ ਕਿਸੇ ਕ੍ਰਮ ਦੇ ਚੋਣ ਕੀਤੀ ਜਾਵੇਗੀ ਤੇ 31 ਮਾਰਚ ਤੱਕ ਉਹਨਾਂ ਨੂੰ ਆਨਲਾਈਨ ਨੋਟੀਫਾਈ ਕੀਤਾ ਜਾਵੇਗਾ H1B ਵੀਜ਼ਾ ਇੱਕ ਗੈਰ ਇਮੀਗ੍ਰੇਸ਼ਨ ਵੀਜ਼ਾ ਹੈ ਅਮਰੀਕੀ ਕੰਪਨੀਆਂ ਨੂੰ ਇਹ ਸੰਧਾਨਤਕ ਜਾਂ ਤਕਨੀਕੀ ਮਾਹਿਰਾਂ ਦੀ ਦਰਕਰਾਰ ਵਾਲੇ ਵਿਸ਼ੇਸ਼ ਪੇਸ਼ੇਵਰ ਵਿਦੇਸ਼ ਕਾਮਿਆਂ ਨੂੰ ਕੰਮ ਕਰਨ ਤੇ ਰੱਖਣ ਦੀ ਇਜਾਜ਼ਤ ਦਿੰਦਾ ਹੈ ਇਸ ਤੇ ਨਿਰਪਰ ਤਕਨੀਕੀ ਕੰਪਨੀਆਂ ਹਰ ਸਾਲ ਭਾਰਤ ਤੇ ਚੀਨ ਵਰਗੇ ਦੇਸ਼ਾਂ ਤੋਂ ਆਈਟੀ ਸੈਕਟਰ ਸਮੇਤ ਤਕਨੀਕੀ ਮੁਹਾਰਤ ਵਾਲੇ ਹਜ਼ਾਰਾਂ ਮੁਲਾਜ਼ਮਾਂ ਨੂੰ ਨੌਕਰੀ ਦਿੰਦੀਆਂ ਹਨ ਅਮਰੀਕੀ ਨਾਗਰਿਕਤਾ ਤੇ ਇਮੀਗ੍ਰੇਸ਼ਨ ਸੇਵਾਵਾਂ ਨੇ ਕਿਹਾ ਕਿ ਵਿੱਤੀ ਸਾਲ 2023 ਐਚ1ਬੀ ਕੈਂਪ ਲਈ ਸ਼ੁਰੂਆਤੀ ਰਜਿਸਟ੍ਰੇਸ਼ਨ ਮਿਆਦ 1 ਮਾਰਚ ਦੁਪਹਿਰ ਤੋਂ ਪਹਿਲਾਂ ਖੁੱਲ ਜਾਵੇਗੀ ਤੇ 18 ਮਾਰਚ 2021 ਦੁਪਹਿਰ ਤੋਂ ਪਹਿਲਾਂ ਤੱਕ ਜਾਰੀ ਰਹੇਗੀ ਇਸ ਮਿਆਦ ਦੌਰਾਨ ਸੰਭਾਵਿਤ ਬੇਨਿਕਾਰ ਤੇ ਨਮਿੰਦੇ ਆਨਲਾਈਨ ਐਚ1 ਬੀ ਪंजीकरण ਪ੍ਰਣਾਲੀ ਦੀ ਵਰਤੋਂ ਕਰਕੇ ਆਪਣੀ ਰਜਿਸਟ੍ਰੇਸ਼ਨ ਪੂਰੀ ਕਰ ਸਕਦੇ ਹਨ ਦੇ ਨਾਲ ਹੀ ਅਗਲੀ ਖਬਰ ਗਰੀਬ ਅਤੇ ਅਮੀਰ ਵਰਗ ਦੇ ਲੋਕਾਂ ਲਈ ਆ ਰਹੀ ਹੈ ਜਿੱहां ਸ਼ਹਿਰੀ ਖੇਤਰਾਂ 'ਚ ਵਾਧੀ ਬੇਰੁਜ਼ਗਾਰੀ ਤੇ ਕਾਬੂ ਪਾਉਣ ਲਈ ਦਿਹਾਤੀ ਖੇਤਰਾਂ ਦੀ ਤਰਜ਼ ਤੇ ਮਰੇਗਾ ਜਿਹੀ ਯੋਜਨਾ ਦੀ ਸ਼ੁਰੂਆਤ ਕੀਤੀ ਜਾ ਸਕਦੀ ਹੈ ਰੁਜ਼ਗਾਰ ਉਰ ਸਿਰਜਣ ਨੂੰ ਲੈ ਕੇ ਸਰਕਾਰ ਫਿਲਹਾਲ ਦਬਾਅ 'ਚ ਹੈ ਤੇ ਸਿਆਸੀ ਤੌਰ ਤੇ ਇਹ ਮੁੱਦਾ ਗੰਭੀਰ ਹੋਣ ਲੱਗਾ ਹੈ ਸ਼ਹਿਰੀ ਮਰੇਗਾ ਦੇ ਔਰ ਨਾਲ ਸਰਕਾਰੀ ਖਜ਼ਾਨੇ ਤੇ ਭਾਰੀ ਬੋਝ ਤਾਂ ਪਵੇਗਾ ਪਰ ਸਿਆਸੀ ਤੌਰ ਤੇ ਇਹ ਯੋਜਨਾ ਬੂਸਟਰ ਸਾਬਿਤ ਹੋ ਸਕਦੀ ਹੈ ਸ਼ਹਿਰੀ ਗਰੀਬ ਬੇਰੁਜ਼ਗਾਰਾਂ ਦੇ ਗੁਜ਼ਾਰੇ ਲਈ ਇਹ ਵੱਡਾ ਸਾਧਨ ਬਣ ਸਕਦਾ ਹੈ ਤੇ 2022-23 ਦੇ ਆਮ ਬਜਟ 'ਚ ਸ਼ਹਿਰੀ ਮਰੇਗਾ ਦਾ ਪਾਈਲਟ ਪ੍ਰੋਜੈਕਟ ਲਾਂਚ ਕੀਤਾ ਜਾ ਸਕਦਾ ਹੈ ਸ਼ਹਿਰੀ ਗਰੀਬੀ ਦੇ ਰੋਜੀ ਰੋਟੀ ਲਈ ਸਰਕਾਰ ਵੱਲੋਂ ਕੁਝ ਨਵੀਂ ਯੋਜਨਾਵਾਂ ਦੇ ਆਉਣ ਦੀ ਵੀ ਪੂਰੀ ਉਮੀਦ ਕੀਤੀ ਜਾ ਰਹੀ ਹੈ ਦਿਹਾਤੀ ਖੇਤਰਾਂ 'ਚ ਮਹਾਤਮਾ ਗਾਂਧੀ ਰਾਸ਼ਟ੍ਰ ਰੁਜ਼ਗਾਰ ਗਰੰਟੀ ਐਕਟ ਮਨਰੇਗਾ ਤਹਿਤ ਚਲਾਈ ਜਾ ਰਹੀ ਯੋਜਨਾ ਕਾਫੀ ਲੋਕਪ੍ਰਿਆ ਹੈ ਉਸੇ ਤਰ੍ਹਾਂ ਸ਼ਹਿਰੀ ਖੇਤਰਾਂ ਦੇ ਗਰੀਬ ਲੋਕਾਂ ਲਈ ਇੱਕ ਨਿਸ਼ਚਿਤ ਸਮਾਹਾਦ ਲਈ ਘੱਟੋ ਘੱਟ ਮਜ਼ਦੂਰੀ ਤੇ ਰੁਜ਼ਗਾਰ ਦੀ ਗਰੰਟੀ ਵਾਲੀ ਯੋਜਨਾ ਸ਼ੁਰੂ ਕੀਤੀ ਜਾ ਸਕਦੀ ਹੈ ਤੇ ਕਰੋਨਾ ਮਹਾਸੰਕਟ ਤੋਂ ਬਾਅਦ ਦੇਸ਼ ਦੇ ਦਿਹਾਤੀ ਖੇਤਰਾਂ 'ਚ ਮਨਰੇਗਾ ਜਿਹੀ ਯੋਜਨਾ ਗਰੀਬਾਂ ਦੇ ਗੁਜ਼ਾਰੇ ਦਾ ਪ੍ਰਮੁੱਖ ਸਾਧਨ ਬਣ ਸਕਦੀ ਹੈ ਉਹਨਾਂ ਦੌਰਾਨ ਸ਼ਹਿਰਾਂ ਤੋਂ ਹਿਜਰਤ ਕਰਕੇ ਪਿੰਡਾਂ 'ਚ ਵਰਤੀ ਮਜ਼ਦੂਰਾਂ ਦੀ ਵਧੀ ਗਿਣਤੀ ਦੀ ਵਜ੍ਹਾ ਨਾਲ ਮਨਰੇਗਾ 'ਚ ਬਹੁਤ ਜ਼ਿਆਦਾ ਲੋਕਾਂ ਨੇ ਰੁਜ਼ਗਾਰ ਮੰਗਿਆ ਜਿਸ ਕਾਰਨ ਉਸ ਦਾ ਬਜਟ ਵਧਾ ਨਾ ਪਿਆ ਦੇ ਨਾਲ ਹੀ ਅਗਲੀ ਵੱਡੀ ਖਬਰ ਮੁੱਖ ਮੰਤਰੀ ਚੰਨੀ ਬਾਰੇ ਆ ਰਹੀ ਹੈ ਜੀ ਹਾਂ ਵਿਧਾਨ ਸਭਾ ਚੋਣਾਂ 2022 ਲਈ ਕਾਂਗਰਸ ਪਾਰਟੀ ਨੇ ਅੱਜ ਬਾਕੀ ਰਹਿੰਦੇ 8 ਉਮੀਦਵਾਰਾਂ ਦੀ ਲਿਸਟ ਵੀ ਜਾਰੀ ਕਰ ਦਿੱਤੀ ਹੈ ਇਸ ਤੋਂ ਪਹਿਲਾਂ ਕਾਂਗਰਸ ਨੇ 109 ਉਮੀਦਵਾਰਾਂ ਦੀਆਂ ਸੀਟਾਂ ਦਾ ਐਲਾਨ ਕਰ ਦਿੱਤਾ ਸੀ ਤੇ ਮੁੱਖ ਮੰਤਰੀ ਚੰਨੀ ਹੁਣ ਭਦੌੜ ਤੇ ਚਮਕੌਰ ਸਾਹਿਬ ਦੋਵਾਂ ਹਲਕਿਆਂ ਤੋਂ ਚੋਣ ਲੜਨਗੇ ਸਾਰੀਆਂ ਪਾਰਟੀਆਂ ਨੇ ਲਗਭਗ ਆਪਣੇ ਉਮੀਦਵਾਰ ਚੋਣ ਮੈਦਾਨ ਚ ਉਤਾਰ ਦਿੱਤੇ ਹਨ ਤੇ ਪਾਰਟੀਆਂ ਚੋਣ ਪ੍ਰਚਾਰ ਵੀ ਜੋਰਾਂ ਤੇ ਚੱਲ ਰਿਹਾ ਹੈ। ਜਲਾਲਾਬਾਦ ਤੋਂ ਸੁਖਬੀਰ ਬਾਦਲ ਖਿਲਾਫ ਮੋਹਨ ਸਿੰਘ ਫਾਲਿਆਂਵਾਲੀ ਨੂੰ ਉਤਾਰਿਆ ਗਿਆ ਹੈ। ਇਸ ਦੇ ਨਾਲ ਹੀ ਅਗਲੀ ਖਬਰ ਪੰਜਾਬ ਦੇ ਮੌਸਮ ਬਾਰੇ ਆ ਰਹੀ ਹੈ। ਪੰਜਾਬ ਚ ਪਿਛਲੇ 3 ਦਿਨਾਂ ਤੋਂ ਮੌਸਮ ਬਿਲਕੁਲ ਸਾਫ਼ ਹੈ ਤੇ ਲਗਾਤਾਰ ਧੁੱਪ ਖੜ ਰਹੀ ਹੈ। ਹੰਤਵਾਰ ਨੂੰ ਵੀ ਮੌਸਮ ਸਾਫ਼ ਰਹਿਣ ਦੇ ਨਾਲ ਕਈ ਜ਼ਿਲ੍ਹਿਆਂ ਚ ਦਿਨ ਦਾ ਤਾਪਮਾਨ ਸਧਾਰਨ ਨਾਲੋਂ 2 ਤੋਂ 3 ਡਿਗਰੀ ਸੈਲਸੀਅਸ ਤੱਕ ਜ਼ਿਆਦਾ ਰਿਹਾ। ਜਦ ਕੇ ਰਾਤ ਦੇ ਤਾਪਮਾਨ ਚ ਗਰਾਵਟ ਦੇਖੀ ਗਈ ਤੇ ਮੌਸਮ ਵਿਭਾਗ ਅਨੁਸਾਰ ਪੰਜਾਬ ਚ 2 ਫਰਵਰੀ ਤੱਕ ਮੌਸਮ ਸਾਫ ਰਹੇਗਾ ਤੇ ਧੁੱਪ ਨਿਕਲੇਗੀ 3 ਫਰਵਰੀ ਤੋਂ ਮੌਸਮ ਬਦਲੇਗਾ ਤੇ ਪੰਜਾਬ ਚ ਬੱਦਲ ਮੋੜ ਪਰਤ ਆਉਣਗੇ ਤੇ 6 ਫਰਵਰੀ ਤੱਕ ਸੂਬੇ ਚ ਬੱਦਲਾਂ ਦੇ ਹਾਵੀ ਰਹਿਣ ਤੇ بارش ਹੋਣ ਦੀ ਕਾਫੀ ਸੰਭਾਵਨਾ ਹੈ ਉਹ ਅਗਲੇ ਦਿਨ ਮਿਲਦੇ ਹਾਂ ਜੇ ਅਗਲੀਆਂ ਤਾਜ਼ੀਆਂ ਖਬਰਾਂ ਦੇ ਨਾਲ ਤਦ ਤੱਕ ਦੇ ਲਈ ਵੀਡੀਓ ਤੇ ਲਾਈਕ ਕਮੈਂਟ ਤੇ ਸ਼ੇਅਰ ਜਰੂਰ ਕਰੋ